ਅਨੇਕਾਂ ਜੁਝਾਰੂ ਸਿੰਘ ਜੂਝਦੇ ਹੋਏ ਸ਼ਹੀਦ ਹੋਏ। ਸੈਂਕੜੇ ਨਿਹੱਥੇ ਲੋਕਾਂ ਨੂੰ ਭਾਰਤੀ ਫੌਜਾਂ ਨੇ ਮਾਰ ਮੁਕਾਇਆ। ਜਿਹੜੀ ਰੈਫਰੈਂਸ ਲਾਇਬ੍ਰੇਰੀ ਸੀ ਉਹਨੂੰ ਸਾੜਿਆ ਗਿਆ ਔਰ ਜਾਣ ਬੁੱਝ ਕੇ ਪੂਰੇ ਪਲੈਨ ਦੇ ਨਾਲ ਸਾੜਿਆ ਗਿਆ। ਜਦੋਂ ਓਪਰੇਸ਼ਨ ਖਤਮ ਹੋ ਗਿਆ, ਹਮਲਾ ਖਤਮ ਹੋ ਗਿਆ 6 ਜੂਨ ਨੂੰ, ਉਸ ਤੋਂ ਬਾਅਦ ਭਾਰਤੀ ਫੌਜ ਨੇ ਰੈਫਰੈਂਸ ਲਾਇਬ੍ਰੇਰੀ ਸਾੜੀ। ਜਿਹੜਾ ਉਹਦੇ ਵਿੱਚ ਕੀਮਤੀ ਵਡਮੁੱਲਾ ਸਾਡਾ ਖਜ਼ਾਨਾ ਸੀ ਉਹ ਲੁੱਟ ਕੇ ਲੈ ਗਏ ਔਰ ਅੱਜ ਤੱਕ ਉਹ ਵਾਪਸ ਕੀ ਕਰਨਾ ਉਹ ਇਸ ਨੂੰ ਮੰਨ ਹੀ ਨਹੀਂ ਰਹੇ ਕਿ ਅਸੀਂ ਲੁੱਟ ਕੇ ਲੈ ਗਏ ਹਾਂ। ਮਤਲਬ ਇੰਡੀਆ ਇਸ ਨਾਲ ਨੂੰ ਡਿਨਾਈ ਕਰ ਰਿਹਾ ਕਿ ਉਹ ਲੁੱਟ ਕੇ ਲੈ ਗਏ ਸੀ ਸਮਾਨ। ਸੋ ਇਸ ਸਾਰੇ ਦੇ ਪ੍ਰੋਟੈਸਟ ਵਜੋਂ ਦਲ ਖਾਲਸਾ ਨੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ। ਅਸੀਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ 35 ਸਾਲ ਤੋਂ ਜਿਹੜੀ ਪੀੜ ਸਿੱਖ ਸਾਂਭੀ ਬੈਠੇ ਨੇ ਆਪਣੇ ਹਿਰਦਿਆਂ ਵਿੱਚ, ਉਸ ਵਿੱਚ ਉਹ ਆਪਣੀ ਸਾਂਝ ਪਾਉਣ। ਆਪਣੇ ਕਾਰੋਬਾਰ ਅਦਾਰੇ, ਬੈਂਕ, ਪੈਟਰੋਲ ਪੰਪ ਜਿੰਨੇ ਵੀ ਨੇ ਉਹ ਸਾਰੇ ਬੰਦ ਰੱਖਣ। ਕੇਵਲ ਮੈਡੀਕਲ ਫੈਸਿਲਿਟੀਜ਼ ਨੂੰ ਇਸ ਬੰਦ ਤੋਂ ਛੂਟ ਦਿੱਤੀ ਗਈ ਹੈ। ਇਹ ਬੰਦ ਪਿਛਲੇ 10 ਸਾਲ ਤੋਂ ਅਸੀਂ ਕਾਲ ਦਿੰਦੇ ਆ ਰਹੇ ਹਾਂ ਔਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਅੰਮ੍ਰਿਤਸਰ ਵਾਸੀ ਸਾਡੀ ਇਸ ਕਾਲ ਨੂੰ ਭਰਵਾਂ ਹੁੰਗਾਰਾ ਦਿੰਦੇ ਆ ਰਹੇ ਨੇ। ਕੰਪਲੀਟ ਬੰਦ ਹੁੰਦਾ ਰਿਹਾ ਹਮੇਸ਼ਾ, ਹੁਣ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਨੂੰ ਸਾਥ ਦੇਣ, ਸਹਿਯੋਗ ਦੇਣ ਔਰ ਇਸ ਬੰਦ ਨੂੰ ਮੁਕੰਮਲ ਤੌਰ 'ਤੇ ਮਤਲਬ ਕਾਮਯਾਬ ਕਰਨ। ਇਹ ਬੰਦ ਦਿੱਲੀ ਨੂੰ ਇੱਕ ਮੈਸੇਜ ਦਿੰਦਾ, ਇਹ ਬੰਦ ਦਿੱਲੀ ਨੂੰ ਦੱਸਦਾ ਕਿ ਸਿੱਖ ਇਸ ਘੱਲੂਘਾਰੇ ਨੂੰ ਭੁੱਲੇ ਨਹੀਂ। ਘੱਲੂਘਾਰਾ ਜਿਸਨੇ ਇਹ ਘੱਲੂਘਾਰਾ ਵਰਤਾਇਆ ਉਸਨੂੰ ਭੁੱਲੇ ਨਹੀਂ, ਉਹਨਾਂ ਨੇ ਉਸਨੂੰ ਮਾਫ਼ ਨਹੀਂ ਕੀਤਾ। ਔਰ ਬੰਦ ਇੱਕ ਬਹੁਤ ਵੱਡਾ ਡੈਮੋਕ੍ਰੈਟਿਕ ਟੂਲ ਹੈ। ਜਦੋਂ ਲੱਖਾਂ ਲੋਕ ਆਪਣੇ ਕਾਰੋਬਾਰ ਬੰਦ ਕਰਕੇ ਇੱਕੋ ਵਾਰ ਇੱਕੋ ਸੁਨੇਹਾ ਜਿਹੜਾ ਜ਼ਾਲਮ ਹੁੰਦਾ, ਜਿਹੜੀ ਜ਼ਾਲਮ ਹਕੂਮਤ ਹੁੰਦੀ ਹੈ, ਜਿਹੜੀ ਰਿਪਰੈਸਿਵ ਸਟੇਟ ਹੁੰਦੀ ਹੈ, ਉਹਨੂੰ ਦਿੰਦੇ ਆ। ਸੋ ਇਹ ਅਸੀਂ ਇੱਕ ਡੈਮੋਕ੍ਰੈਟਿਕ ਜਿਹੜਾ ਤਰੀਕਾ ਉਹ ਅਪਣਾਇਆ ਹੋਇਆ ਆਪਣੀ ਗੱਲ ਨੂੰ ਕਹਿਣ ਦਾ, ਅਤੇ ਨਾਲ ਹੀ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਇਸ ਦਿਨ ਅਪੀਲ ਕਰਦੇ ਹਾਂ, ਬੰਦ ਕਰਕੇ ਦਿਖਾਉਂਦੇ ਹਾਂ ਔਰ ਨਾਲ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਉਹ ਜਿਸ ਤਰ੍ਹਾਂ ਬਹੁਤ ਸਾਰੀ ਦੁਨੀਆ ਦੇ ਵਿੱਚ ਜਿਹੜੀਆਂ ਜਿੱਥੇ ਵਾਰਸ ਹੁੰਦੀਆਂ ਨੇ, ਜਿੱਥੇ ਹਿਊਮੈਨਿਟੀ ਦੇ ਖਿਲਾਫ਼ ਕ੍ਰਾਈਮ ਕੀਤੇ ਜਾਂਦੇ ਨੇ, ਉੱਥੋਂ ਦੀਆਂ ਸਰਕਾਰਾਂ ਜਾਂ ਜਰਨਲਸ ਕਰਦੇ ਨੇ ਜਾਂ ਡਿਕਟੇਟਰਸ ਕਰਦੇ ਨੇ, ਉੱਥੇ ਯੂਨਾਈਟਿਡ ਨੇਸ਼ਨ ਨੇ ਬਹੁਤ ਸਾਰੀਆਂ ਥਾਵਾਂ 'ਤੇ ਬਾਅਦ ਵਿੱਚ ਉਹਨਾਂ ਨੂੰ ਟ੍ਰਾਇਲ 'ਤੇ ਪਾਇਆ। ਅਸੀਂ ਵੀ ਕਹਿੰਦੇ ਹਾਂ ਕਿ ਭਾਰਤੀ ਫੌਜ ਨੂੰ ਟ੍ਰਾਇਲ 'ਤੇ ਪਾਇਆ ਜਾਵੇ। ਕੁਛ ਜਰਨੈਲ ਮਰ ਚੁੱਕੇ ਨੇ, ਕੁਛ ਜਰਨੈਲ ਜਿਉਂਦੇ ਨੇ, ਉਹਨਾਂ ਨੂੰ ਟ੍ਰਾਇਲ 'ਤੇ ਪਾਇਆ ਜਾਵੇ ਔਰ ਉਹਨਾਂ ਦੇ ਖਿਲਾਫ਼ ਜਿਹੜੀ ਹੈ ਉਹਨਾਂ ਦੇ ਖਿਲਾਫ਼ ਜਿਹੜੀ ਉਹਨਾਂ ਨੇ ਨਿਹੱਥੇ ਲੋਕਾਂ ਨੂੰ ਮਾਰਿਆ ਉਹਨਾਂ ਦੇ ਉੱਤੇ ਕੇਸ ਚਲਾਇਆ ਜਾਵੇ। ਇੱਕ ਦਿਨ ਪਹਿਲਾਂ ਅਸੀਂ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੱਢਦੇ ਹਾਂ। ਇਹ ਮਾਰਚ 6ਵੇਂ ਪਾਤਸ਼ਾਹੀ ਰਣਜੀਤ ਐਵਨਿਊ ਤੋਂ ਆਰੰਭ ਹੋ ਕੇ ਸਾਰੇ ਸ਼ਹਿਰ ਦੇ ਮੇਨ ਬਾਜ਼ਾਰਾਂ ਦੇ ਵਿੱਚੋਂ ਲੰਘਦਾ ਹੋਇਆ ਅਕਾਲ ਤਖਤ ਸਾਹਿਬ ਪਹੁੰਚਦਾ, ਉੱਥੇ ਅਸੀਂ ਅਰਦਾਸ ਕਰਦੇ ਹਾਂ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਕੁਨ, ਵਰਕਰ ਅਤੇ ਉਹਨਾਂ ਦੇ ਪ੍ਰਧਾਨ ਸਾਹਿਬ ਵੀ ਸਾਡੇ ਇਸ ਮਾਰਚ ਦੇ ਵਿੱਚ ਸ਼ਾਮਿਲ ਹੋਣਗੇ। ਉਹਨਾਂ ਨੇ ਸਾਡੇ ਨਾਲ ਸ਼ਾਮਿਲ ਹੋਣ ਦੀ ਹਾਮੀ ਭਰੀ ਹੈ। ਬੰਦ ਅਤੇ ਇਹ ਘੱਲੂਘਾਰਾ ਯਾਦਗਾਰੀ ਮਾਰਚ, ਇਹ ਦੋ ਪ੍ਰੋਗਰਾਮ ਨੇ ਜਿਹੜੇ ਦਲ ਖਾਲਸਾ ਨੇ 35 ਜਿਹੜੇ ਘੱਲੂਘਾਰੇ ਦੇ 35 ਵਰ੍ਹੇਗੰਢ ਦੇ ਉੱਤੇ ਮਨਾਉਣ ਦਾ ਫੈਸਲਾ ਕੀਤਾ। ਦਰਬਾਰ ਸਾਹਿਬ 6 ਜੂਨ ਨੂੰ ਕੌਮ ਇਕੱਤਰ ਹੁੰਦੀ ਹੈ, ਪੰਥ ਇਕੱਤਰ ਹੁੰਦਾ, ਆਪਣੇ ਵਲਵਲੇ, ਆਪਣੀਆਂ ਚਿੰਤਾਵਾਂ, ਆਪਣਾ ਗੁੱਸਾ ਉਹ ਦੁਨੀਆ ਦੇ ਸਾਹਮਣੇ ਰੱਖਦਾ। ਉੱਥੇ ਜਿਹੜਾ ਸ਼੍ਰੋਮਣੀ ਕਮੇਟੀ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਨੇ ਕਿ ਕੁਛ ਸ਼ਰਾਰਤੀ ਅਨਸਰ ਕਹਿ ਕੇ, ਇਹ ਜਿਹੜੀ ਇਹਨਾਂ ਦੇ ਇੱਕ ਜ਼ਿੰਮੇਵਾਰ ਬੰਦਿਆਂ ਦੀ ਇਹ ਜਿਹੜੀ ਬਿਆਨਬਾਜ਼ੀ ਹੈ, ਇਹ ਗਲਤ ਬਿਆਨਬਾਜ਼ੀ ਹੈ, ਇਹਨਾਂ ਨੂੰ ਸੋਭਦੀ ਨਹੀਂ ਹੈ, ਇਹਨਾਂ ਦੇ ਸ਼ਬਦ ਠੀਕ ਨਹੀਂ ਹੈ। ਉੱਥੇ ਕੋਈ ਸ਼ਰਾਰਤੀ ਅਨਸਰ ਨਹੀਂ ਹੁੰਦਾ, ਸਾਰੇ ਸਿੱਖ ਇਕੱਠੇ ਹੋਏ ਹੁੰਦੇ ਨੇ, ਪੰਥ ਇਕੱਠਾ ਹੋਇਆ ਹੁੰਦਾ, ਸਿੱਖ ਨੌਜਵਾਨ ਇਕੱਠੇ ਹੁੰਦੇ ਨੇ ਔਰ ਮੈਂ ਸਮਝਦਾ ਹਾਂ ਕਿ ਗੁਰਦੁਆਰੇ ਦੇ ਹਦੂਦ ਦੇ ਅੰਦਰ ਆਪਣੇ ਨਾਅਰੇ ਲਾਉਣੇ, ਆਜ਼ਾਦੀ ਦੇ ਨਾਅਰੇ ਲਾਉਣੇ, ਖਾਲਿਸਤਾਨ ਦੇ ਨਾਅਰੇ ਲਾਉਣੇ ਜਾਂ ਆਪਣਾ ਰੋਸ ਪ੍ਰਗਟ ਕਰਨ ਲਈ ਨਾਅਰੇ ਲਾਉਣੇ ਗਲਤ ਨਹੀਂ ਹੈ, ਮਰਿਆਦਾ ਦੇ ਖਿਲਾਫ਼ ਨਹੀਂ ਹੈ।
ਝਗੜਾ ਨਹੀਂ ਹੋਣਾ ਚਾਹੀਦਾ, ਇੱਕ ਦੂਸਰੇ 'ਤੇ ਥੋਪਿਆ ਨਹੀਂ ਜਾਣਾ ਚਾਹੀਦਾ, ਇੱਕ ਦੂਸਰੇ ਨਾਲ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ, ਇੱਕ ਦੂਸਰੇ ਦੇ ਹੱਥੋਂ ਪਾਈ ਨਹੀਂ ਹੋਣੀ ਚਾਹੀਦੀ, ਫਿਜ਼ੀਕਲੀ ਲੜਾਈ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਆਪਣੀ ਗੱਲ ਅਗਰ ਕੋਈ ਪੁਰਅਮਨ ਢੰਗ ਦੇ ਨਾਲ ਕਹਿੰਦਾ ਤਾਂ ਉਹ ਮਰਿਆਦਾ ਦੇ ਖਿਲਾਫ ਨਹੀਂ ਹੈ। ਔਰ ਮੇਰੀ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਗੁਜ਼ਾਰਿਸ਼ ਹੈ ਕਿ ਜਿਹੜੇ ਨੌਜਵਾਨ ਉੱਥੇ ਨਾਅਰੇ ਲਾ ਰਹੇ ਹੁੰਦੇ ਨੇ, ਆਜ਼ਾਦੀ ਦੇ ਨਾਅਰੇ ਲਾ ਰਹੇ ਹੁੰਦੇ ਨੇ, ਉਹਨਾਂ ਨੂੰ ਰੋਕਿਆ ਨਾ ਜਾਵੇ। ਹਰ ਇੱਕ ਨੂੰ ਆਪਣੀ ਸਪੇਸ ਚਾਹੀਦੀ ਹੈ। ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਆਪਣਾ ਪ੍ਰੋਗਰਾਮ ਕਰਦੀ ਹੈ, ਉਹਨਾਂ ਦੇ ਜਥੇਦਾਰ ਆਪਣਾ ਬੋਲਦੇ ਨੇ, ਇਸੇ ਤਰ੍ਹਾਂ ਦੂਸਰੀਆਂ ਜਥੇਬੰਦੀਆਂ ਦੇ ਆਗੂ ਵੀ ਕੁਝ ਬੋਲਦੇ ਨੇ, ਕੁਝ ਨੌਜਵਾਨ ਨਾਅਰੇ ਵੀ ਮਾਰਦੇ ਨੇ। ਇਹ ਨਾਅਰੇ ਉਹਨਾਂ ਦੇ ਵਲਵਲੇ ਨੇ, ਉਹਨਾਂ ਦਾ ਗੁੱਸਾ, ਉਹਨਾਂ ਦੀਆਂ ਭਾਵਨਾਵਾਂ ਨੇ, ਉਹ ਕੇਂਦਰ ਨੂੰ ਕਹਿ ਰਹੇ ਹੁੰਦੇ ਨੇ, ਉਹ ਸੰਗਤ ਨੂੰ ਕਹਿ ਰਹੇ ਹੁੰਦੇ ਨੇ। ਸੋ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਕਿ ਕੋਈ ਵੀ ਦੂਸਰੇ ਉੱਤੇ ਜ਼ਬਰਦਸਤੀ ਨਾ ਕਰੇ। ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਵੇ, ਇੱਕ ਦੂਜੇ ਦੀ ਸਪੇਸ ਨਾ ਖੋਈ ਜਾਵੇ। ਜਦੋਂ ਇੱਕ ਦੂਜੇ ਦੀ ਸਪੇਸ ਨਹੀਂ ਖੋਵਾਂਗੇ ਤਾਂ ਝਗੜਾ ਕਦੇ ਵੀ ਨਹੀਂ ਹੋਏਗਾ। ਅਗਰ ਝਗੜਾ ਨਹੀਂ ਹੋਏਗਾ ਤਾਂ ਮਰਿਆਦਾ ਵੀ ਬਹਾਲ ਰਹੇਗੀ, ਅਤੇ ਲੋਕਾਂ ਦੇ ਲੋਕਾਂ ਵਿੱਚ, ਦੁਨੀਆ ਵਿੱਚ ਅਤੇ ਦਿੱਲੀ ਨੂੰ ਇੱਕ ਸਟਰੋਂਗ ਮੈਸੇਜ ਵੀ ਜਾਏਗਾ।